ਅਮਰੀਕਾ ਚ ਭੁੱਖੇ ਰਹਿਣ ਲਈ ਮਜਬੂਰ ਹੋ ਰਹੇ ਨੇ ਪੰਜਾਬੀ। ਡੋਂਕੀ ਲਗਾ ਕੇ ਗਏ ਲੋਕਾਂ ਦਾ ਹਾਲ ਇਸ ਤੋਂ ਵੀ ਬਦਤਰ। ਅਮਰੀਕਾ ਚ ਨਰਕ ਭਰੀ ਜ਼ਿੰਦਗੀ ਜੀਣ ਲਈ ਹੋਏ ਮਜਬੂਰ। 6 ਮਹੀਨਿਆਂ ਤੋਂ ਰੁਜ਼ਗਾਰ ਲਈ ਘੁੰਮ ਰਹੇ ਨੇ ਸੜਕਾਂ ਤੇ। ਭਾਰਤ ਤੋਂ ਪੈਸੇ ਮੰਗਵਾ ਕੇ ਕਰ ਰਹੇ ਨੇ ਆਪਣੇ ਖਰਚੇ ਪੂਰੇ। ਕਾਰੋਬਾਰੀਆਂ ਨੂੰ ਆਪਣਾ ਕੰਮ ਬੰਦ ਕਰਨ ਲਈ ਹੋਣਾ ਪਿਆ ਮਜਬੂਰ। ਭਾਰਤ ਚ ਹੀ ਆਪਣਾ ਕਾਰੋਬਾਰ ਚਲਾਉਣ ਦੀ ਦਿੱਤੀ ਜਾ ਰਹੀ ਹੈ ਸਲਾਹ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਡੇਲੀ ਪੋਸਟ ਪੰਜਾਬੀ, ਮੈਂ ਅੰਚਲ ਜੱਗੀ। ਅਮਰੀਕਾ ਦੇ ਵਿੱਚ ਕਿਉਂ ਪੰਜਾਬੀਆਂ ਦਾ ਇੰਨਾ ਬੁਰਾ ਹਾਲ ਹੋ ਰਿਹਾ ਤੇ ਡੋਂਕੀ ਲਗਾ ਕੇ ਲੋਕਾਂ ਦਾ ਜਿਹੜਾ ਉੱਥੇ ਗਏ ਨੇ ਉਹਨਾਂ ਦਾ ਵੱਧ ਤੋਂ ਵੀ ਬਦਤਰ ਹਾਲ ਹੋਇਆ ਪਿਆ, ਕਿਉਂ ਸੜਕਾਂ ਦੇ ਉੱਤੇ ਕੰਮ ਲੱਭਣ ਲਈ ਘੁੰਮਣਾ ਪੈ ਰਿਹਾ ਪੰਜਾਬੀਆਂ ਨੂੰ, ਆਓ ਤੁਹਾਨੂੰ ਇਸ ਪੂਰੇ ਮਾਮਲੇ ਦੇ ਨਾਲ ਵਾਕਿਫ ਕਰਵਾ ਦਿੰਦੇ ਹਾਂ। ਅਮਰੀਕਾ ਦੇ ਵਿੱਚ ਪੰਜਾਬੀਆਂ ਦਾ ਬੁਰਾ ਹਾਲ ਹੋ ਰਿਹਾ ਹੈ, ਲੇਕਿਨ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਕੁਝ ਅਜਿਹੇ ਵੀ ਲੋਕ ਨੇ ਜਿਹੜੇ ਭਾਰਤੀ ਨੇ ਜੋ ਕਿ ਸਕਸੈਸਫੁਲੀ ਆਪਣਾ ਜੀਵਨ ਜੀ ਰਹੇ ਨੇ ਤੇ ਲੱਖਾਂ ਰੁਪਏ ਕਮਾ ਰਹੇ ਨੇ। ਜੀ ਹਾਂ, ਇਹ ਵੀ ਸੱਚ ਹੈ, ਲੇਕਿਨ ਇੱਕ ਹੋਰ ਸੱਚ ਤੁਹਾਡੇ ਨਾਲ ਸਾਂਝਾ ਕਰਨ ਜਾਵਾਂਗੇ। ਜ਼ਰੂਰੀ ਨਹੀਂ ਹੈ ਕਿ ਅਗਰ ਇਸ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਕਿ ਲੋਕਾਂ ਦਾ ਉੱਥੇ ਵੱਧ ਤੋਂ ਬਦਤਰ ਹਾਲ ਹੈ ਤੇ ਆਪਾਂ ਸਾਰਿਆਂ ਨੂੰ ਇਸ ਦੇ ਵਿੱਚ ਗਿਣ ਰਹੇ, ਨਹੀਂ, ਇਸ ਦੇ ਵਿੱਚ ਆਪਾਂ ਸਾਰੇ ਲੋਕਾਂ ਨੂੰ ਨਹੀਂ ਗਿਣ ਰਹੇ, ਬਸ ਆਪਾਂ ਤੁਹਾਨੂੰ ਇੱਕ ਸੱਚਾਈ ਦੱਸਣ ਜਾ ਰਹੇ ਹਾਂ ਜੋ ਕੌੜਾ ਸੱਚ ਹੈ ਕਿ ਉੱਥੇ ਅਜਿਹੀ ਵੀ ਜ਼ਿੰਦਗੀ ਭਾਰਤੀ ਜਿਹੜੇ ਜੀ ਰਹੇ ਨੇ, ਪੰਜਾਬੀ ਜਿਹੜੇ ਜੀ ਰਹੇ ਨੇ, ਭਵਿੱਖ ਦੇ ਸੁਨਹਿਰੇ ਸੁਪਨੇ ਲੈ ਕੇ ਕਈ ਭਾਰਤੀ ਕਿਸੇ ਵੀ ਤਰੀਕੇ ਦੇ ਨਾਲ ਵਿਦੇਸ਼ ਪਹੁੰਚਣਾ ਚਾਹੁੰਦੇ ਨੇ ਤੇ ਕਈ ਨੌਜਵਾਨ ਭਾਰਤੀ ਉੱਥੇ ਪਹੁੰਚ ਵੀ ਰਹੇ ਨੇ। ਇਹਨਾਂ ਨੌਜਵਾਨਾਂ ਦੇ ਸੁਪਨੇ ਹਕੀਕਤ ਦਾ ਸਾਹਮਣਾ ਕਰਦੇ ਹੀ ਚਕਨਾਚੂਰ ਹੋ ਰਹੇ ਨੇ। ਜਾਣਕਾਰੀ ਦੇ ਅਨੁਸਾਰ ਭਾਰਤ ਤੋਂ ਆਪਣੀ ਜਾਨ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਖਤਰੇ ਦੇ ਵਿੱਚ ਪਾ ਕੇ ਅਮਰੀਕਾ ਆਉਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇੱਕ ਤਰੀਕੇ ਦੇ ਨਾਲ ਅਮਰੀਕੀ ਧਰਤੀ ਦੇ ਉੱਤੇ ਪਹੁੰਚ ਕੇ ਉਹ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨੇ। ਕੌਣ ਨੇ ਇਹ ਲੋਕ, ਕਿਹੜੇ ਲੋਕ ਨੇ, ਆਪਾਂ ਇਸ ਦੇ ਵਿੱਚ ਸਾਰੇ ਲੋਕਾਂ ਨੂੰ ਨਹੀਂ ਗਿਣਾਂਗੇ, ਕਿਉਂਕਿ ਕੁਝ ਅਜਿਹੇ ਲੋਕ ਨੇ ਜਿਹੜੇ ਕਿ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਤੇ ਕੁਝ ਅਜਿਹੇ ਨੇ ਜਿਹੜੇ ਲੱਖਾਂ ਰੁਪਏ ਉੱਥੇ ਬੈਠ ਕੇ ਕਮਾ ਰਹੇ ਨੇ। ਆਪਣਾ ਜੀਵਨ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਸੁਰੱਖਿਅਤ ਕਰ ਲਿਆ ਹੋਇਆ ਤੇ ਇੱਥੇ ਅਜਿਹੇ ਨੌਜਵਾਨਾਂ ਦੀਆਂ ਕਈ ਉਦਾਹਰਨਾਂ ਨੇ ਕਿ ਕੁਝ ਲੋਕ 6 ਮਹੀਨਿਆਂ ਤੋਂ ਰੁਜ਼ਗਾਰ ਦੇ ਲਈ ਸੜਕਾਂ ਦੇ ਉੱਤੇ ਘੁੰਮ ਰਹੇ ਨੇ। ਇੱਥੇ ਤੱਕ ਕਿ ਅਜਿਹੇ ਕਈ ਨੌਜਵਾਨ ਭਾਰਤ ਤੋਂ ਪੈਸੇ ਮੰਗਵਾ ਕੇ ਆਪਣੇ ਖਰਚੇ ਪੂਰੇ ਕਰ ਰਹੇ ਨੇ। ਅਮਰੀਕਾ ਦੇ ਵਿੱਚ ਸੈਟਲ ਹੋਣ ਵਾਲੇ ਭਾਰਤੀ ਲੋਕਾਂ ਦੇ ਕੋਲ ਪੰਜਾਬ, ਹਰਿਆਣਾ ਆਦਿ ਭਾਰਤੀ ਸੂਬਿਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਆਏ ਲੋਕਾਂ ਦੇ ਲਈ ਨੌਕਰੀ ਦੀਆਂ ਸਿਫਾਰਿਸ਼ਾਂ ਵੀ ਆ ਰਹੀਆਂ ਨੇ। ਦੂਜੇ ਪਾਸੇ ਪ੍ਰਵਾਸੀ ਭਾਰਤੀ ਕਾਰੋਬਾਰੀਆਂ ਅਨੁਸਾਰ ਅਮਰੀਕਾ ਤੇ ਚੀਨ ਦੇ ਵੱਲੋਂ ਵਸਤਾਂ ਤੇ ਟੈਕਸ ਵਿੱਚ ਭਰੀ ਜਿਹੜਾ ਭਾਰੀ ਵਾਧਾ ਹੋਣ ਕਾਰਨ ਇੱਥੇ ਵੀ ਮਹਿੰਗਾਈ ਆਪਣੇ ਸਿਖਰ ਦੇ ਉੱਤੇ ਹੈ, ਜਿਸ ਕਾਰਨ ਰੋਜ਼ਾਨਾ ਦੀਆਂ ਵਸਤਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਸ ਵਿੱਚ ਕਰੀਬ 40-50% ਤੱਕ ਦਾ ਵਾਧਾ ਹੋਇਆ ਹੈ। ਅਜਿਹੇ ਚ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਤੇ ਕੋਰੋਨਾ ਦੇ ਸਮੇਂ ਅਮਰੀਕੀ ਸਰਕਾਰ ਵੱਲੋਂ ਸਾਰੇ ਛੋਟੇ ਕਾਰੋਬਾਰੀਆਂ ਨੂੰ ਕਰਜ਼ੇ ਦਿੱਤੇ ਗਏ ਸਨ ਜੋ ਕਿ 30 ਸਾਲਾਂ ਦੀਆਂ ਆਸਾਨ ਕਿਸ਼ਤਾਂ ਦੇ ਉੱਤੇ ਸਨ, ਪਰ ਕੋਰੋਨਾ ਨੇ ਹਰ ਕਿਸੇ ਦੇ ਕਾਰੋਬਾਰ ਦੇ ਉੱਤੇ ਬੁਰਾ ਪ੍ਰਭਾਵ ਪਾਇਆ, ਇਹ ਤਾਂ ਹਰ ਭਾਰਤੀ ਮੰਨਦਾ ਹੋਵੇਗਾ। ਇਸ ਪ੍ਰਭਾਵ ਦੇ ਕਾਰਨ ਹੁਣ ਛੋਟੇ ਦੁਕਾਨਦਾਰਾਂ ਦੇ ਲਈ ਕਰਜ਼ੇ ਦੀ ਅਦਾਇਗੀ ਕਰਨੀ ਔਖੀ ਹੋ ਰਹੀ ਹੈ। ਅਜਿਹੇ ਸਮੇਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਏ ਲੋਕਾਂ ਨੂੰ ਪ੍ਰਵਾਸੀ ਭਾਰਤੀ ਵੀ ਸੁਝਾਅ ਦੇ ਰਹੇ ਨੇ ਕਿ ਇੱਥੇ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਬਜਾਏ 35-50 ਲੱਖ ਬਰਬਾਦ ਕਰਨ ਨਾਲ ਬਿਹਤਰ ਹੈ ਕਿ ਉਹ ਭਾਰਤ ਦੇ ਵਿੱਚ ਆਪਣਾ ਕਾਰੋਬਾਰ ਸਥਾਪਿਤ ਕਰਕੇ ਆਪਣੀ ਜਾਨ ਤੇ ਪਰਿਵਾਰ ਨੂੰ ਮੁਸੀਬਤਾਂ ਤੋਂ ਬਚਾ ਲੈਣ ਤੇ ਮੁਕਤ ਭੋਗੀ ਬੋਸਟਨ ਦੇ ਵਿੱਚ ਇੱਕ ਰੈਸਟੋਰੈਂਟ ਚਲਾਉਣ ਵਾਲੇ ਸ਼ਖਸ ਨੇ ਦੱਸਿਆ
ਕਿਉਂਕਿ ਉਹਨਾਂ ਨੂੰ ਹਰ ਰੋਜ਼ ਭਾਰਤ ਤੋਂ ਨੌਜਵਾਨਾਂ ਦੇ ਫੋਨ ਆਉਂਦੇ ਨੇ ਪਰ ਉਹ ਬਿਨਾਂ ਇਜਾਜ਼ਤ ਨੌਕਰੀ ਨਹੀਂ ਦੇ ਸਕਦੇ। ਇਸੇ ਤਰੀਕੇ ਦੇ ਨਾਲ ਹੋਰਨਾਂ ਪ੍ਰਵਾਸੀ ਭਾਰਤੀਆਂ ਨੇ ਅਮਰੀਕਾ ਆਉਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਏਜੰਟਸ ਦਾ ਸ਼ਿਕਾਰ ਹੋ ਕੇ ਆਪਣਾ ਭਵਿੱਖ ਬਰਬਾਦ ਨਾ ਕਰਨ।